लो जी रस्सा पा लेने लो जी आ जा खान गड़ा लवी मेरे हार ते मैं दुपट्टा मारे। अस्सलाम वालेकुम जी, की हाल चाल है सारे बहन बहन भाइयों दे। ते अबू जान पहुंचे खोते ने, उन्होंने मैनू फोन किया कि मैं अन करीब ही पहुंच जाना ते बेर जड़ी है नु कटवा लेने। ते हुणे जी आ जांदे ते फिर जी बेर कटवाने आ। अबू जान जी आ गए ने खान नु लेके के थोड़ा कही दे अपना ही रबिलु कही थोड़ी जी खाट के ना शुक्र अबू जी दानू खान लब गए ने। हम ते बस इको ही गल की तू चलते मैं तू चलते पांच दिन लगाते तू खान साहब ਇਹਨਾਂ ਸਾਰਿਆਂ ਦੇ ਜੀ ਆ ਟੋਟੇ ਕਰਾ ਲੈਣ ਜਿਹੜੇ ਜਿਹੜੇ ਕੰਮ ਦੇ ਸੀਗੇ ਉਧਰੋਂ ਜੀ ਆਉਣੇ ਤੇ ਵੱਡਾ ਸਪੈਦਾ ਰਹਿ ਗਿਆ। ਅਬੂ ਜਾਨ ਜੀ ਕਰ ਰਹੇ ਨੇ ਖਟਾਈ ਇੱਧਰ ਜੀ, ਇਹਨੂੰ ਹੀ ਕਟਾਉਣਾ ਥੱਲੋਂ, ਇਹਦੀ ਅੱਛੀ ਤਰ੍ਹਾਂ ਸਫਾਈ ਕਰਕੇ ਤੈਨੂੰ ਕਟਾ ਲੈਣੇ। ਪਹਿਲੇ ਜੀ ਆ ਮੁੰਡੀ ਕੱਟਣ ਲੱਗੇ ਨੇ, छो जी रस्सा पा लेने लो जी आ जा।
ਖਾਨ ਗੜਾ ਲਵੀ ਮੇਰੇ ਹੱਥ ਤੇ ਮੈਂ ਆਪਣਾ ਪੱਟਾ ਨਾ ਰੱਖੀ ਆ ਸੱਜਾ ਮੈਨੂੰ ਵੇਖ ਘੁਰਤੀ ਬੰਦਾ ਹੈ ਬਸ ਠੀਕ ਹੋ ਗਿਆ ਬਿਲਕੁਲ ਲੈਵਲ ਤੇ ਡਿੱਗਾ ਇਹ ਉਤਰੇ ਟੋਟੇ ਬਣਾਏ ਕਿਤੇ ਚਾਹ ਲੱਗੀ उधर जी चाचू खान लगे हुए ने हूँ जी बस इंदा नंबर हैगा आखिरी नंबर इंदा ही है अच्छो कटानिया अच्छो कटानिया अच्छो वेरी डिगन लग गए लो जी अबू जी दाडी बेरी दे बेर खराब हो गए हाली तक उधर चाचू खान काट रहे हैं ਕਹਿੰਦੇ ਸੀ ਬੇਰੀ ਦੇ ਬੇਰ ਖਰਾਬ ਨਾ ਹੋ ਜਾਣ ਸਾਰੇ ਹੀ ਡਿੱਗੇ ਪੈਣ Oh.
पहले जी अच्छी तरह करेगा चाचू खान इनकी कटाई, उस तो बाद जी इनका नंबर आएगा। वारी आ गई एस दी छोटा मेरे दिन आग डिग जा उधर देख माशाल्लाह बेरी च बेर बहुत ज्यादा लगे हुए थे देखो किन्ने बेर लगे हुए ने सारे खा लिया लगा मजबूरी सी बढ़ाते ना तो फिर कमर ही नहीं पैने सानू ज्यादा खतरा सी कि वो जो इटा नहीं वडानिया ना वो ते कमरे का नुकसान ना कर दे लेकिन उन्हें नहीं किया बस आखरी रह गया गड्डी बंद हो गई गेंगे वाली गड्डी बंद हो गई आदरों अब जान जी हो गया यार ओ ओ गया 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 गया
ਉਹਨਾਂ ਸਾਡੇ ਕਮਰੇ ਦੇ ਡਿੱਗ ਗਏ, ਗਵਾਂਢੀਆਂ ਦੇ ਕਮਰੇ ਬਚ ਗਏ। ਚਲੋ ਇੱਥੋਂ ਕਟਾਈ ਕਰ ਦੇਗਾ ਚਾਚੂ ਖਾਨ ਅਤੇ ਥੱਲੇ ਡਿੱਗ ਜਾਵੇਗਾ ਇਹ। ਮੈਨੂੰ ਉੱਤੇ ਜਾਣਾ ਪਿਆ, ਮੈਂ ਕਿ ਤੁਹਾਨੂੰ ਵਿਖਾ ਦਿਆਂ। हाँ बस ये रहेगी तो उन्हें बहुत खूबसूरत ही लगेगी। ਸੋਚ ਹੋਰ ਕੱਟਦਾ ਥੱਲੇ ਡਿੱਗ ਜਾਣਾ। ਹੋ ਗਿਆ ਥੱਲੇ, ਗਿਆ ਗਿਆ ਗਿਆ। ਆ ਜੀ ਹੋ ਗਿਆ ਸੈੱਟ, ਦੋ ਕਿੱਟਾਂ ਡਿੱਗੀਆਂ ਨੇ ਗਵਾਂਢੀਆਂ ਦੀਆਂ। ਆਹ ਛੱਤ, ਬਾਕੀ ਮਾਸ਼ਾਅੱਲਾ ਲੱਕੜੀ ਮੰਡੀ ਬਣ ਗਈ ਪੂਜੀ ਵਾਕੇ। ਫੇਰ ਵੇਖੋ ਤੁਸੀਂ ਕਿੰਨੇ ਲੱਗੇ ਹੋਏ ਨੇ ਮਾਸ਼ਾਅੱਲਾ। ਹਾਲੇ ਤੱਕ ਪੁੱਛ ਰਹੇ ਨੇ ਹੋਰ ਕਿਹੜਾ, ਸਾਰੀ ਤਾਂ ਸਾਡੀ ਫੇਰ ਹੀ ਗੁੰਜੀ ਕਰਤੀ ਨੇ। ਤੋਂ ਕੋਈ ਸਫਾਈ ਹੋ ਜਾਵੇਗੀ। ਚਾਚੂ ਖਾਨ ਖੱਟ ਰਿਹਾ ਸੀ ਦਰਖਤ ਦੇ ਵਿੱਚ, ਆ ਗਿਆ ਵੱਟਾ, ਪਹਿਲੇ ਦੇ ਪੁਰਾਣਾ ਹੀ ਹੋਣਾ। ਆ ਵੇਖੋ ਵਿੱਚ ਫਿੱਟ ਹੋਇਆ ਤਾਂ ਕੋਈ ਲੱਗਿਆ, ਉੱਤੇ ਡੰਡੇ ਖਰਾਬ ਹੋ ਗਏ, ਵਿੱਚੋਂ ਨਿਕਲਦਾ ਨਹੀਂ, ਪੱਕਾ ਹੋਇਆ ਕੋਈ ਪੁਰਾਣਾ ਖਰੀਦਿਆ, ਪਤਾ ਨਹੀਂ ਕਦੋਂ ਦਾ ਫਸਿਆ ਹੋਇਆ। ਇੱਦਾਂ ਹੀ ਨਾਲੋ ਨਾਲ ਸਾਈਡ 'ਤੇ ਹੋ ਰਹੀਆਂ ਨੇ ਲੱਕੜਾਂ। ਚਾਚੂ ਮਿਸਤਰੀ ਦੇ ਕੰਮ ਵੇ, ਸੂਤਰ ਫਸ ਗਈ ਨਾਲ ਜੀ, ਕਟਾਈ ਹੋ ਕੇ ਫਿੱਟ ਇੱਥੇ ਹੀ ਹੋ ਰਹੀਆਂ ਨੇ ਲੱਕੜਾਂ। ਫਿਰ ਜੀ ਕਟਾਈ ਦਾ ਕੰਮ ਕਰਨ ਲੱਗੇ ਨੇ ਯਾਰੀ, ਜਿਹੜਾ ਕੋਈ ਥੋੜ੍ਹਾ ਘਣਾ ਰਹਿੰਦੀ ਆ। ਚਾਚੂ ਮਿਸਤਰੀ ਦੀ ਮੇਰੀ ਡਿਊਟੀ ਲੱਗੀ ਹੋਈ ਆ ਵੱਡੀਆਂ ਲੱਕੜੀ 'ਤੇ, ਅਤੇ ਉਹਨਾਂ ਚਾਚੂਆਂ ਦੀ ਲੱਗੀ ਹੋਈ ਆ ਡਿਊਟੀ ਛੋਟੀਆਂ ਲੱਕੜਾਂ 'ਤੇ ਜਾਂ ਜਾਰਾ ਜਿਹਾ ਪਿਆ। ਇਹਦੀ ਵੀ ਹੋ ਗਈ ਕਟਾਈ, ਇਹ ਬਸ ਇੱਕ ਇੱਕ ਲੜ ਜਿਹਾ ਰਹਿ ਗਿਆ ਇਹਦੇ। ਇਹ ਬੜਾ ਇਹਨੇ ਫੁੱਟਣਾ ਹੈਗਾ, ਮੈਂ ਕਰਨਾ ਤਾਂ ਦੋ ਤਿੰਨ ਮਹੀਨਿਆਂ 'ਚ ਫਿਰ ਇਹਨੇ ਉਵੇਂ ਹੋ ਜਾਣਾ ਜਿਵੇਂ ਪਹਿਲੇ ਸੀ। ਪਹਿਲੇ ਇੱਕ ਵਾਰੀ ਕਟਾਈ ਐਵੇਂ ਕਰਾਈ ਸੀ, ਦੇਖੋ ਹੁਣ ਤਾਂ ਮਜਬੂਰੀ ਹੈਗੀ। ਆ ਕੁੜੀਆਂ ਵਗੈਰਾ ਸਾਰਾ ਕੁਝ ਲੈਣਾ ਹੈਗਾ।
ਜਿਵੇਂ ਲਟਕ ਕੇ ਨਾਲ ਅੱਬੂ ਜਾਨ ਤੇ ਚਾਚੂ ਮਿਸਤਰੀ ਖਲੋ ਕੇ ਵੇਖ ਰਹੇ ਨੇ ਬਿਲਕੁਲ ਦਿਨ ਵੀ ਲਵਣ ਵਾਲਾ ਆਖਰੀ ਲੜਾਈ ਵਾਲਾ ਬਸ ਇਸ ਤੋਂ ਬਾਅਦ ਐਂਡ ਆ ਕੰਮ ਦੀ ਇਹ ਵੀ ਬਾਅਦ ਪਲੈਨ ਬਣਿਆ ਪਹਿਲੇ ਤਾਂ ਨਹੀਂ ਸੋਚਿਆ ਸੀ ਕਿ ਕਟਾਵਾਂਗੇ छोटे छोटे टुकड़े फिर आप चाचू खान जी जान लगे ने सारी कटाई कटिंग कुटिंग कर ली इन बस विचली रह गई बेर इंज लग रही है जिमें एक साल होया लाइन वाला के 20-25 साल हो गए जी को टाणी टूनिया पारियाँ खुंज के इतने कर दी ने उस फायदे जेड़े उन्होंने कोई टिकाणा लाने किधर उन्होंने तुम वेख सकते हो बिलकुल सूरज ही थले जा चुके हैं तो लकड़ा लुकड़ा सारा कुछ कटवा लिया बाकी विलोक बहुत ही वड्डा हो गया तो साडा विलोक आता इतने खत्म चैनल सबसक्राइब कर दो वीडियो लाइक कर दो अल्लाह हाफिज़।